ਕੰਮ ਕਰ ਕਰਕੇ ਅਸੀਂ ਥੱਕ ਗਏ ਸੀ ਤੇ ਚਾਹ ਆ ਗਈ ਆ ਗੁੜ ਵਾਲੀ ਚਾਹ ਵਾ ਮੈਂ ਬਹੁਤ ਘੱਟ ਚਾਹ ਪੀਨੀ ਲਾਈਫ 'ਚ ਕਦੇ ਕਦੇ ਤੇ ਮੈਨੂੰ ਠੰਡ ਲੱਗੀ ਸੀਗੀ ਤੇ ਥੱਕ ਵੀ ਗਈ ਸੀ ਇਸ ਕਰਕੇ ਚਾਹ ਪੀ ਰਹੀ ਹਾਂ ਪਰ ਥੋੜ੍ਹੀ ਜਿਹੀ ਆ ਸਿੰਦਰ ਫੁੱਲ ਕੱਪ ਕਰਕੇ ਪੀਂਦੇ ਆ ਘਰ ਵਾਲੀ ਚਾਹ ਪੀਂਦੀ ਨਹੀਂ ਕਦੇ ਪਰ ਅੱਜ ਪੀ ਰਹੀ ਹੈ ਨੋਜੀ ਵਗਣ ਲੱਗ ਪਈ ਹੈ ਠੀਕ ਹੈ ਤੇ ਆਹ ਵਲੋਗ ਆ ਮੇਰੀ ਵਾਈਫ ਕਹਿੰਦੀ ਹੈ ਕਿ ਮੇਰਾ ਫਸਟ ਵਲੋਗ ਆ ਇਹ ਮੈਂ ਰਿਕਾਰਡ ਕੀਤਾ ਤੇ ਇਹ ਪਹਿਲੋਂ ਪਾਉਣਾ ਵਾ ਤੇ ਹੁਣ ਫਿਰ ਵਲੋਗ ਪਹਿਲੋਂ ਪਾ ਰਿਹਾ ਸਾਡੀ ਫੈਂਸ ਆਲਮੋਸਟ ਡਨ ਹੋ ਚੁੱਕੀ ਆ ਤੇ ਸਿੰਦਰ ਨੇ ਕਾਫੀ ਮਿਹਨਤ ਕੀਤੀ ਕਾਫੀ ਪੈਸੇ ਵੀ ਸੇਵ ਕੀਤੇ ਆ ਸੋਹਣੀ ਵੀ ਲੱਗ ਰਹੀ ਆ ਕੀ ਹੋਇਆ ਕੁਝ ਕਹਿਣਾ ਜੀ ਹੁਣ ਅਸੀਂ ਪੇਂਟ ਕਰਾਂਗੇ ਇਸ ਫੈਂਸ ਨੂੰ ਬਾਅਦ ਵਿੱਚ ਕਿ ਇਹਦੀ ਲਾਈਫ ਲੌਂਗ ਹੋ ਜਾਵੇ ਤੇ ਕਾਲੀ ਨਾ ਪਵੇ ਕਿਉਂਕਿ ਬਿਨਾਂ ਪੇਂਟ ਤੋਂ ਇਹ ਕਾਲੀ ਹੋ ਜਾਂਦੀ ਹੁੰਦੀ ਰਾਈਟ ਨਹੀਂ ਇਹਦੇ ਉਹ ਹਜੇ ਸਿੱਧਾ ਹੀ ਇਹਦੇ ਤੇ ਮਤਲਬ ਪਾਣੀ ਧੁੱਪ ਤੋਂ ਬਚਣ ਲਈ ਪਾਣੀ ਤੋਂ ਬਚਾਉਣ ਲਈ ਇਹਦੇ ਤੇ ਸਿਲਰ ਮਾਰਨਾ ਹਜੇ ਓਕੇ ਫਿਰ ਇਹਦੀ ਲਾਈਫ ਵਾਜੂਗੀ ਠੀਕ ਹੈ ਸਹੀ ਆ ਬਾਕੀ ਇਹਨਾਂ ਨੂੰ ਜ਼ਿਆਦਾ ਪਤਾ ਮੈਨੂੰ ਤੇ ਦੰਦ ਚੀਜ਼ਾਂ ਦਾ ਪਤਾ ਨਹੀਂ ਹੈਗਾ ਪਰ ਅਸੀਂ ਮੈਂ ਤੇ ਸੀਰਤ ਨੇ ਥੋੜ੍ਹੀ ਜਿਹੀ ਹੈਲਪ ਕੀਤੀ ਸੀਗੀ ਇੱਥੋਂ ਅਸੀਂ ਮਿੱਟੀ ਚੱਕੀ ਸੀਗੀ ਤੇ ਬਸ ਬਸ ਹੋ ਗਈ ਮਿੱਟੀ ਚੱਕਦੇ ਚੱਕਦੇ ਤੇ ਅਸੀਂ ਹੁਣ ਦੋ ਢੇਰੀਆਂ ਛੱਡ ਦਿੱਤੀਆਂ ਉਹ ਸਿੰਦਰ ਆਪੇ ਚੱਕਣਗੇ ਤੇ ਸਿੰਦਰ ਤੁਹਾਨੂੰ ਭੁੱਖ ਲੱਗੀ ਹੁਣ ਬੋਲਦੇ ਨਹੀਂ ਲੱਗੀ ਭੁੱਖ ਠੀਕ ਆ ਆ ਅਸੀਂ ਡੋਰ ਲਾਇਆ ਨਾਲ ਦੇ ਘਰ ਨੂੰ ਮੈਂ ਤਾਂ ਚਾਹੁੰਦੀ ਸੀ ਆਪਾਂ ਰਹਿਣ ਨਹੀਂ ਦਿੰਦੇ ਕੀ ਰਹਿਣ ਦੇ ਡੋਰ ਰਹਿਣ ਦਿੰਦੇ ਜਾਂ ਫੈਂਸ ਰਹਿਣ ਦਿੰਦੇ ਡੋਰ ਡੋਰ ਰਹਿਣ ਦਿੰਦੇ ਲੋਣ ਨੂੰ ਬਟ ਇਟ ਲੁਕਸ ਨਾਈਸ ਖੋਲੇ ਸੋਹਣਾ ਲੱਗਦਾ ਖੋਲੋ 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 ਸੋ ਆ ਹੈਗਾ ਡੋਰ ਇਧਰਲੇ ਘਰ ਨੂੰ ਆਹੋ ਆ ਬੂਟਾ ਪੜ ਦਾਂਗੇ ਵੀ ਇਹਦੇ ਵਿੱਚ ਆ ਇਧਰੋਂ ਇਧਰਲਾ ਘਰ ਇਧਰ ਨੂੰ ਸਾਈਡ ਨੂੰ ਬੈਕ ਜਾੜਿਆ ਦੋਨੇ ਘਰਾਂ ਦੀਆਂ ਸੋ ਆ ਇਧਰਲੇ ਪਾਸੇ ਦੇਖੋ ਉਹ ਆਪਾਂ ਪਟਣਾ ਆ ਜਿਹੜਾ ਉਹ ਪਟਣਾ ਕਿਹੜਾ ਵਾਲਾ ਉਹ ਠੀਕ ਆ ਵੱਡੀ ਆ ਹੁਣ ਨਹੀਂ ਬੇ ਵਾ ਉਧਰ ਵਾ ਇਹਦੇ ਨਾਲ ਹੀ ਵੱਡੇ ਜਾਣ ਖੋਲ ਮੇਰਾ ਤਾਂ ਕੈਮਰਾ ਫੜ ਫੜ ਕੇ ਹੱਥ ਦੁਖਣ ਲੱਗ ਗਿਆ ਕੈਮਰਾ ਫੜ ਫੜ ਕੇ ਹੱਥ ਦੁਖਣ ਲੱਗ ਗਿਆ ਆਪਾਂ ਰੁੱਖ ਪੱਟਣ ਲੱਗੇ ਆ ਇਧਰਲੇ ਘਰ ਦਾ ਦੂਰ ਹਟ ਮੇ ਦੇਖ ਹਟ ਮੇ ਦਿਸ ਵਨ ਓ ਮਾਈ ਗੋਡ ਆ ਕਾਫੀ ਵੱਡ ਆਈ ਮੀਨ ਫॉर ਮੀ ਕਾਫੀ ਵੱਡਾ ਹੈ ਟ੍ਰੀ ਹੈਗਾ ਸਿੰਦਰ ਆਪਾਂ ਵੀ ਸ਼ੁਡ ਮੇਕ ਅ ਵੀਡੀਓ ਓਵਰ ਦੇਅਰ ਲੁਕਸ ਨਾਈਸ ਹਨਾ ਤੂੰ ਆ ਜਿੱਦ ਨੂੰ ਬਣਾਈ ਲੈ ਬਸ ਤੁਹਾਡੇ ਵੱਲ ਨੂੰ ਹਾਂ ਠੀਕ ਹੈ ਤੁਹਾਡੇ ਵੱਲ ਨੂੰ ਕੈਮਰਾ ਫੋਕਸ ਰੱਖਾਂ ਮੇਰਾ ਤਾਂ ਸੱਚੀ ਬਾਂਹ ਦੁਖਣ ਲੱਗ ਗਈ ਫੋਨ ਫੜ ਕੇ ਹਲੇ 2 ਮਿੰਟ ਹੀ ਫੜਿਆ ਮੈਂ ਬਾਹਰਲਾ ਕੰਮ ਬੰਦਿਆਂ ਵਾਲਾ ਕਰਨਾ ਕਾਫੀ ਹਾਰਡ ਹੋ ਜਾਂਦਾ ਈਜ਼ੀ ਨਹੀਂ ਹੈਗੀ ਜੋਬ ਇਹ ਆਲਮੋਸਟ ਆਲਮੋਸਟ ਡਿੱਗਣ ਲੱਗਾ ਰੁੱਖ ਆਲਮੋਸਟ ਡਿੱਗ ਪਿਆ ਡਿੱਗ ਪਿਆ ਡਿੱਗ ਪਿਆ ਇਹਦਾ ਵੱਡਣ ਦਾ ਰੀਜ਼ਨ ਪਤਾ ਕੀ ਹੈਗਾ ਹਾਂਜੀ ਇਹਦਾ ਵੱਡਣ ਦਾ ਰੀਜ਼ਨ ਹੈ ਇੱਕ ਤੇ ਇਹਦੇ ਆਪਣਾ ਜਿਹੜਾ ਥੱਲੜਾ ਪੋਜੀਸ਼ਨ ਆ ਹਾਂਜੀ ਘਰ ਦਾ ਉਹ ਖਰਾਬ ਕਰਨਾ ਜੜਾਂ ਦਾ ਕਰਕੇ ਹਾਂ ਇੱਕ ਇਹ ਉੱਥੇ ਵੱਜਣ ਡਿਆ ਸੀਗਾ ਇਹਨੇ ਜਿਵੇਂ ਜਿਵੇਂ ਵੱਡਾ ਹੋਈ ਜਾਣਾ ਨਾ ਉਵੇਂ ਉਵੇਂ ਉਹ ਚੀਜ਼ ਆਪਣੀ ਨੁਕਸਾਨ ਕਰਨੀ ਇਹਨੇ ਸਹੀ ਆ ਤੇ ਇਹਨੂੰ ਪੱਟ ਕੇ ਇੱਥੇ ਦੂਜਾ ਛੋਟਾ ਲਾਵਾਂਗੇ ਸਹੀ ਆ ਲਾਉਣ ਦੀ ਵੈਸੇ ਲੋੜ ਹੀ ਨਹੀਂ ਆਲਰੇਡੀ ਕਾਫੀ ਟ੍ਰੀ ਹੈਗੇ ਆ ਸੋ ਇੱਧਰ ਦੇਖ ਸਕਦੇ ਆ ਇੱਧਰਲੇ ਪਾਸੇ ਵੀ ਕਾਫੀ ਹੈਗੇ ਟ੍ਰੀ ਬੈਕ ਜਾਂਡ ਦੇ ਵਿੱਚ ਸੋ ਆਹ ਥੋੜ੍ਹੀ ਜਿਹੀ ਉੱਪਰ ਨੂੰ ਪਹਾੜੀ ਟਾਈਪ ਜਿਹੀ ਬਣੀ ਹੋਈ ਆ ਘਰ ਦੇ ਉੱਪਰ ਆਲਮੋਸਟ ਡਨ ਆ ਸੁੰਦਰ ਟ੍ਰੀ ਦੇ ਨਾਲ ਇਹ ਸਾਡੇ ਲਈ ਉੱਦਾਂ ਇੱਥੇ ਟ੍ਰੀ ਆ ਇੰਡੀਆ 'ਚ ਤਾਂ ਇਹਨੂੰ ਕੀ ਕਹਿੰਦੇ ਹੋਣਗੇ ਛੋਟੇ ਜਿਹੇ ਦਰਖਤ ਨੂੰ ਇਹਨੂੰ ਛੋਟੇ ਜਿਹੇ ਨੂੰ ਦਰਖਤ ਹੀ ਕਹਿੰਦੇ ਆ ਲੈ ਫੜ ਮੈਂ ਇਹਨੂੰ ਚੱਕ ਖਿੱਚ ਕੇ ਜਾਵਾਂ ਉਧਰ ਓਕੇ ਫਿਰ ਇਹਨੂੰ ਇੱਥੇ ਕੱਟ ਲਓ ਨਹੀਂ ਉੱਧਰ ਰੱਖ ਲਾਂਗੇ ਫਿਰ ਬਾਅਦ 'ਚ ਮਜ਼ੇ ਨਾਲ ਕੱਟ ਲਾਂਗੇ ਛੋਟੇ ਪੀਸ ਕਰਨੇ ਪੈਣਗੇ ਓਕੇ ਹੁਣ ਸਿੰਦਰ ਇਹਨੂੰ ਖਿੱਚ ਕੇ ਲਿਆਊਗਾ ਦਰਖਤ ਨੂੰ ਕੜੀਸ ਕੇ ਸਾਰਾ ਇੱਕ ਵੱਡੇ ਹੀ ਲਿਆਉਂਗੇ ਨਹੀਂ ਦੇਖਣਾ
मैं रॉन्ग प्लेस ते देख रही हूँ, कैमरे वालों देखना जी इधर नु देखना। ओके सो हाँ मैं पेंगी नहीं हैगी बट स्टिल लाइक मैं फर्स्ट टाइम बना रही हूँ वीडियो क्लिप सो मैनू पता नहीं सी मैं इधर देखना जी इधर देखना बट इट्स ओके नेक्स्ट टाइम आई विल मेक बैटर। मेरी तो बांह दुखन लग गई फोन फड़ के बेउ तुहाडी बांह नहीं दुखदी हुंदी ट्री किन्ना ओल्ड जिहा लगता जिहदे ते उह है नहीं ओके ओ माय गॉड सीरियसली वाओ बुढ़िया आखे नहीं लगती बंदे कितने आखे लगते आखे नहीं ना लगते मेरे लग गए लग गए लग गए कहते बच्चों के प्लेग्राउंड च रख के आने पर उत्थे बच्चे खेडते होंगे फिर मैं कहना सुखशान है भी मैं डर जू ठीक है फॉर मिनट या जिदा क्या सी तुसी डन मेनू तो भुख लग गई है सिंदर इतने बैकग्राउंड से लिया के रख दिते हैं ट्री गुड जॉब हस्बैंड हो तो ऐसा ना तो तादा पता नहीं हस्बैंड हो तो ऐसा हम ना अंदर बूट झाड़ के जाने बिकॉज फिर अपने ना घरे अंदर मैस पाऊंगी बाहर ही पानी देती बाहर ही ना लूंगा मैं ओके ਇੱਥੇ ਲੱਗੀ ਆ ਤੇ ਟੁੱਟੀ ਲੱਗੀ ਰਾਈਟ ਇੱਥੇ ਨਾ ਸਕਦੇ ਆ ਤੇ ਰੱਜ ਰੱਜ ਕੇ ਨਾ ਠੰਡੇ ਠੰਡੇ ਪਾਣੀ ਹਾਂਜੀ ਡੋਰ ਦੱਸ ਆਪਣੇ ਡੋਰ ਕਿੱਦਾਂ ਦਾ ਡੋਰ ਬਹੁਤ ਸੋਹਣਾ ਲੱਗਾ ਹੈ ਬਹੁਤ ਸੋਹਣਾ ਲੱਗਦਾ ਚਮਕਦਾ ਆ ਇਹਨੂੰ ਡੋਰ ਇਹਨੇ ਤੇ ਕੁੰਡਾ ਲਾਉਣਾ ਹੈ ਇਹਨੂੰ ਕਿੱਥੇ ਇੱਥੇ ਜਾ ਇਹਨੂੰ ਹਜੇ ਆਪਾਂ ਉੱਦੇ ਇੱਦੇ सुखशान ने सारे यूज कर लेने अगे अंदर चक के लै जांदा वा नाल दे करोर सिटे हुए अंदरले पासे चक के लै जांदा हां देख लो मेरे टूलां दा कद्दा खलारा पिया होया लुक राइट देयर सिंदर को सारे टूल हैगे आ देख लो ते सिंदर सारे काम कर लेंदे आ वैसे मेरी घर वाली देख लो टिकटॉक बनाउण तो अलावा हेल्प भी बहुत करदी आ आई डू और तो नहीं कुछ कहना नहीं बहुत इन्ना का नहीं मैं कहड़ा सिखाया तुसी कॉमेडी कर रहे मैं सिखाया नहीं हैगा इन्हां नूं फिर मैनूं भी दे पानी मेरी बांह दुखन लग गई सच्ची लाइक एडे वे वे कैमरे फड़ने मेनू तो फोन फड़न वाली बांह दुखन लग गई अबे वेट तू भी पीके दिखाना पानी ਪਹਿਲਾਂ ਮੈਂ ਦੱਸਿਆ ਜਦੋਂ ਵਲੌਗ ਬਣਾਉਣੇ ਇੱਧਰ ਦੇਖਣਾ ਜਾਂ ਉੱਧਰ ਦੇਖਣਾ ਸਕਰੀਨ ਨਾਲ ਕਿੱਧਰ ਮਰਜੀ ਜਦੋਂ ਮਰਜੀ ਦੇਖ ਲਓ ਹਾਂ ਦੇ ਹੁਣ ਮੈਂ ਦੇਖਣ ਲਿਆ ਵਾਂ ਸਟਿਲ ਕੈਮਰੇ ਵਾਲੇ ਦੇਖਦਾ ਜੇ ਆ ਕੈਮਰਾ ਵਾ ਨਹੀਂ ਸੀ ਜਿੱਧਰ ਉੱਧਰ ਆ ਕੈਮਰਾ ਇੱਥੇ ਇੱਧਰ ਦੇਖ ਮੈਂ ਸੋ ਆ ਦੇ ਹੁਣ ਮੈਂ ਦੇਖ ਕਿੱਥੇ ਦੇਖਦਾ ਮੈਂ ਕਿੱਥੇ ਦੇਖਦਾ ਹੁਣ ਕੈਮਰੇ ਚ ਹਾਂ ਸਿੱਧਾ ਕੈਮਰੇ ਲਿਆਦਾ ਨਾ ਹਾਂ ਤਾਂ ਓਕੇ ਮੈਂ ਦੱਸੋ ਹੁਣ ਕਿੱਦਾਂ ਦੇਖਣਾ ਚਾਹੀਦਾ ਮੈਂ ਆ ਦੇ ਕੈਮਰਾ ਪਰ ਮੈਂ ਕੈਮਰੇ ਵਾਲ ਨਹੀਂ ਦੇਖਦੀ ਲੈ ਸ਼ਾਬਾਸ਼ ਤੇਰੇ ਓਕੇ ਸਾਰੀ ਸਫਾਈ ਹੋ ਗਈ ਹੈ ਤੇ ਹੁਣ ਆ फेसिंग अपनी इधर सी करके फिर डोर इधर नूं खोलदा रखिया वधिया वा गां इन फ्यूचर मतलब
ਪਹਿਲਾਂ ਸੋਚਿਆ ਸੀਗਾ ਵੀ ਥੱਲੇ ਵੱਢਣ ਨੂੰ ਰਹਿਣ ਦਿੰਦਾ ਵਾ, ਇੱਦਾਂ ਰਹਿਣ ਦਿੰਦਾ ਜਦੋਂ ਵਰਤਣਾ ਹੋਊਗਾ ਉਦੋਂ ਖੋਲ ਕੇ ਥੱਲੇ ਵੱਢ ਦੂੰਗਾ, ਫਿਰ ਸੋਚਿਆ ਨਹੀਂ ਵੱਢ ਹੀ ਦਿੰਦਾ ਹੁਣੇ। ਆ ਮੈਨੂੰ ਪਟਾਈ ਹੋਈ ਆ, ਤਲਾ ਨਾ ਲਈ, ਤਲਾ ਨਾ ਲਈ, ਉਹ ਨਾ ਕਿ ਕੀ ਕਰ ਦਿੰਦੇ, ਕੀ ਕਰ ਦਿੰਦੇ ਹੋ, ਕੌਣ ਸਮਥਿੰਗ ਲਾਈਕ, ਠੀਕ ਆ ਰਹਿਣ ਦੇ, ਸੌਰੀ। ਹਾਂ ਨਹੀਂ ਇਹਦੇ ਤੇ ਖੜ ਕੇ ਵੀਡੀਓ ਬਣਾਵਾਂਗੇ, ਜਿੱਦਾਂ ਮੂਵੀਆਂ ਵਾਲੇ ਪਰਦਾ ਨਹੀਂ ਯੂਜ਼ ਕਰਦੇ। ਹਾਂ ਪਰਦਾ ਯੂਜ਼ ਕਰਾਂਗੇ, ਪਰਦਾ ਯੂਜ਼, ਅਸੀਂ ਇਹਨੂੰ ਐਜ਼ ਅ ਪਰਦਾ ਯੂਜ਼ ਕਰਾਂਗੇ। ਤੇ ਦੂਜਾ ਵਲੌਗ ਮੈਂ ਪਾਉਂਗਾ ਇਦੋਂ ਬਾਅਦ 'ਚ, ਤੇ ਮਤਲਬ ਉਹ ਵਲੌਗ ਸਾਰਾ ਵਾ ਕਿ ਜਿੱਦਾਂ ਮੈਂ ਫੈਂਸ ਸਾਰੀ ਬਣਾਈ, ਕਿੱਦਾਂ ਕਿੱਦਾਂ ਸਟੈਪ ਬਾਈ ਸਟੈਪ ਕੀ ਕੀਤਾ, ਉਹ ਸਾਰਾ ਉਸ ਵਲੌਗ ਦੇ ਵਿੱਚ ਦਿਖਾਊਂਗਾ। ਵਧੀਆ, ਮਤਲਬ ਜਿਹੜੇ ਸਪੈਸ਼ਲੀ ਇੱਥੇ ਬਾਹਰਲੀਆਂ ਕੰਟਰੀਆਂ ਦੇ ਵਿੱਚ, ਖਾਸ ਕਰਕੇ ਅਮੈਰੀਕਾ ਦੇ ਵਿੱਚ ਜਾਂ ਹੋਰ ਕਿਸੇ ਯੂਰਪ ਆਈ ਮੀਨ ਬਾਹਰਲੀ ਕੰਟਰੀ 'ਚ, ਅਤੇ ਤੁਸੀਂ ਕਿੱਦਾਂ ਡੋਲਰ ਸੇਵ ਕਰਨੇ ਆ, ਸੋ ਘਰ ਦਾ ਕੰਮ ਕਾਰ ਆ ਕਿੱਦਾਂ ਵਾ, ਜੇ ਕੋਈ ਫੈਂਸ ਬਣਾਉਣਾ ਚਾਹੁੰਦਾ ਵਾ ਤਾਂ ਤੁਹਾਡੇ ਕੰਮ ਆਊਗੀ ਇਹ ਚੀਜ਼। ਹਾਂਜੀ, ਇਸ ਗੱਲੋਂ ਮੈਂ ਬਹੁਤ ਲੱਕੀ ਹਾਂ ਕਿ ਮੇਰੇ ਹਸਬੈਂਡ ਸਾਰੇ ਸੀਰੀਅਸਲੀ ਹਮ ਲੱਕੀ ਪਏ ਹੋ। ਬਸ ਇਸ ਗੱਲ ਨਹੀਂ, ਸਾਰੇ ਪਾਸੇ ਵੈਸੇ ਤਾਂ ਲੱਕੀ, ਨੋਕ ਔਨ ਦਾ ਵਰਡ, ਨੋਕ ਔਨ ਦਾ ਵਰਡ, ਨੋਕ ਔਨ ਦਾ ਵਰਡ, ਰਾਈਟ ਦੇਅਰ, ਮੈਂ ਸੱਚੀ ਲੱਕੀ ਹਾਂ, ਇਸ ਤੋਂ ਲੱਕੀ। ਓਕੇ, ਹੁਣ ਮੇਰੀ ਬਾਤ ਹੋਣ ਲੱਗ ਪਈ, ਫਿਰ ਫੋਨ ਫੜੀ, ਸੱਚੀ ਪਏ ਫੜ ਲਓ, ਮੈਨੂੰ ਤਾਂ ਨਹੀਂ ਫੜ ਹੁੰਦਾ ਚਾਹੁੰਦਾ ਚਾਰ ਫੋਨ। ਕਿੱਦਾਂ ਹੁਣ ਠੀਕ ਆ? ਹੈ, ਇੰਡੀਆ ਵੀ ਕਾਫੀ ਠੰਡ ਹੋਈ ਹੋਈ ਆ, ਆਮ ਸ਼ੋਰ ਹੈ ਨਾ, ਸਾਡੇ ਇੱਥੇ ਲਾਈਕ ਵੈਦਰ ਠੀਕ ਰਹਿੰਦਾ ਵਾ, ਇੰਡੀਆ ਵਾਂਗੂ ਠੰਡ ਨਹੀਂ ਹੈਗੀ, ਪਰ ਫਿਰ ਵੀ ਹੋ ਜਾਂਦੀ ਆ। ਹੁਣ ਮੈਨੂੰ ਠੰਡ ਲੱਗ ਰਹੀ ਸੀ ਇਸ ਕਰਕੇ ਮੈਂ ਚਾਹ ਪੀਤੀ ਆ, ਸੋ ਵਾਵਾ 2 ਮਹੀਨਿਆਂ ਬਾਅਦ ਚਾਹ ਪੀਤੀ ਆ, ਸੋ ਗੁੱਡ ਫੀਲ ਹੋ ਰਿਹਾ। ਜ਼ਰੂਰ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ, ਲਾਈਕ ਕਰਿਓ, ਲਾਈਕ ਕਰਿਓ, ਕਮੈਂਟ ਕਰਕੇ ਜ਼ਰੂਰ ਦੱਸਿਓ, ਦੈਨ ਵੀ ਵਿਲ ਨੋ ਕਿ ਅਸੀਂ ਟਿਕਟੋਕ ਦੀ ਵੀਡੀਓ ਤੋਂ ਇਲਾਵਾ, ਯੂਟਿਊਬ ਦੇ ਸ਼ਾਰਟ ਤੋਂ ਇਲਾਵਾ ਆਹ ਵੀ ਕੰਮ ਕਰ ਲਈਦਾ ਵਾ ਜਿਹੜਾ ਅਸੀਂ ਕੰਮ ਕਰਕੇ ਹਟੇ ਆ। ਹੋਰ ਕੁਝ ਕਹਿਣਾ ਚਾਹੁੰਦੀ? ਮੈਂ ਨਹੀਂ, ਕੁਝ ਨਹੀਂ ਕਹਿਣਾ ਚਾਹੁੰਦੀ, ਬਸ ਥੈਂਕ ਯੂ ਕਹਿਣਾ ਚਾਹੁੰਦੀ ਸਾਰਿਆਂ ਨੂੰ, ਸਾਨੂੰ ਇੰਨਾ ਪਿਆਰ ਦੇਣ ਲਈ YouTube ਤੇ। ਜੇ ਕਿਸੇ ਨੇ ਹਜੇ ਤੱਕ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਜਰੂਰ ਸਾਡਾ ਚੈਨਲ ਜਾ ਕੇ ਨਹੀਂ, ਮਤਲਬ ਇੱਥੇ ਹੀ ਸਬਸਕ੍ਰਾਈਬ ਕਰ ਲਓ, ਤੇ ਘੰਟੀ ਵਾਲਾ ਬਟਨ ਜਰੂਰ ਆਨ ਕਰ ਲਿਓ, ਤੇ ਕਮੈਂਟ ਤੇ ਲਾਈਕ ਜਰੂਰ ਕਰਕੇ ਦੱਸਿਓ ਜਦੋਂ ਅਸੀਂ ਵਲੌਗਸ ਪੋਸਟ ਕਰੀਏ। ਸੋ ਹੋਪਫੁਲੀ ਮੇਰਾ ਫਸਟ ਵਲੌਗ ਤੁਸੀਂ ਲਾਈਕ ਕੀਤਾ ਹੋਊਗਾ, ਸੋ ਆਈ ਵਿਲ ਮੇਕ ਮੋਰ। ਬਾਏ। ਉਧਰ ਪਾਪਾ ਫੈਂਸ ਤੇ ਲੱਗਿਆ ਤੇ ਇਧਰ ਮੰਮਾ ਮਿੱਟੀ ਚੱਕਣ ਦੇ। ਤੂੰ ਮੇਰੀ ਹੈਲਪ ਨਹੀਂ ਕੀਤੀ ਸੀ ਰਤ? ਮੈਂ ਕੀਤੀ ਤੇ ਹੈਗੀ ਆ। ਇੱਕ ਢੇਰੀ ਚੱਕੀ ਸੀ, ਇੱਕ ਢੇਰੀ ਮੈਂ ਚੱਕੀ ਸੀਗੀ, ਹੁਣ ਫੇਰ ਮੇਰੀ ਵਾਰੀ, ਬਹੁਤ ਭਾਰੀ ਆ।